ਸਵੇਰੇ ਭਾਅ ਜੀ ਨਾ ਆਪਣੇ ਗੇਟ ਦੇ ਬਾਹਰ ਨਾ ਇੱਥੇ ਹੀ ਅਤੇ ਨਾ ਉੱਥੇ ਇੱਕ ਲੈਟਰ ਜੀ ਸਾਨੂੰ ਮਿਲੀ ਹੈ ਅਤੇ ਨਾਲ ਉਹਦੇ ਉੱਤੇ ਨਾਲ ਵਿੱਚ ਉਹਦੇ ਇੱਕ ਰੌਂਦ ਵੀ ਮਿਲਿਆ ਸਾਨੂੰ ਅਤੇ ਲੈਟਰ ਦੇ ਵਿੱਚ ਇਹ ਲਿਖਿਆ ਸੀਗਾ ਕਿ ਮਤਲਬ ਕਿ ਕੋਈ ਜੀ ਬੀ ਭਾਅ ਜੀ ਹੈ ਇੱਦਾਂ ਲਿਖਿਆ ਕਿ ਉਹਨੇ ਤੁਹਾਡੇ ਨਾਲ ਗੱਲ ਕਰਨੀ ਹੈ ਅਤੇ ਆਪਣਾ ਕੋਈ ਹੁਣ ਸਾਨੂੰ ਨਹੀਂ ਪਤਾ ਕਿ ਫੇਕ ਹੈ ਕਿ ਕੀ ਹੈ ਉਹਦੇ 'ਚ ਲਿਖਿਆ ਕਿ ਤੁਸੀਂ ਜਿੰਨੀ ਮਰਜ਼ੀ ਤੁਸੀਂ ਸਿਕਿਉਰਿਟੀ ਰੱਖ ਲਓ ਤੁਸੀਂ ਜੋ ਮਰਜ਼ੀ ਕਰ ਲਓ ਪਰ ਇਹ ਹੱਥ ਤੁਹਾਨੂੰ ਇਹ ਗਿਫਟ ਦਿੱਤੀ ਹੈ ਆਪਾਂ ਇਹ ਰੌਂਦ ਜਿਹੜਾ ਹੈ ਤੁਹਾਨੂੰ ਗਿਫਟ ਦਿੱਤਾ ਹੈਗਾ ਆਪਾਂ ਅਤੇ ਬਸ ਸਾਡੇ ਨਾਲ ਦੋਸਤੀ ਕਰ ਲਓ ਅਤੇ ਵਧੀਆ ਰਹੋਗੇ ਨਹੀਂ ਤਾਂ ਫਿਰ ਹੋਰ ਰਿਜ਼ਲਟ ਮਿਲ ਜਾਏਗਾ ਤੁਹਾਨੂੰ ਇੱਦਾਂ ਦੀ ਤੁਸੀਂ ਦੱਸਿਆ ਲੈਟਰ ਦੇ ਵਿੱਚ ਲਿਖਿਆ ਜੀ ਪੀ ਭਾਜੀ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਇਹ ਵੀ ਪਤਾ ਲੱਗਾ ਤੁਹਾਨੂੰ ਫੋਨ ਵੀ ਆਏ ਸੀਗੇ ਹਾਂਜੀ ਉਹ ਫੋਨ ਆਇਆ ਸੀਗਾ ਇੱਕ ਦੋ ਵਾਰੀ ਅਤੇ ਉਹ ਤਾਂ ਬਾਹਰਲੇ ਨੰਬਰਾਂ ਤੋਂ ਆਇਆ ਸੀਗਾ ਆਪਾਂ ਇਗਨੋਰ ਕਰਤਾ ਕਿ ਆਪਾਂ ਕਹੋ ਪਤਾ ਨਹੀਂ ਕੀ ਹੈਗਾ ਕੋਈ ਫੇਕ ਹੀ ਨਾ ਕਰਦਾ ਹੋਵੇ ਸਾਨੂੰ ਇੰਨਾ ਆਪਾਂ ਕੋਲ ਧਿਆਨ ਨਹੀਂ ਦਿੱਤਾ ਆਪਾਂ ਬਲੌਕ ਕਰਤਾ ਨੰਬਰ ਉਹਨੂੰ ਜਿੱਦਾਂ ਤੁਹਾਡੀ ਦੁਕਾਨ ਦੇ ਅੰਦਰ ਸ਼ੋਰੂਮ ਦੇ ਅੰਦਰ ਕੈਮਰੇ ਲੱਗੇ ਕੋਈ ਸੀਸੀਟੀਵੀ ਕੈਮਰੇ ਵੀ ਦਿਖਾਈ ਦਿੱਤਾ ਹੋਵੇ ਉਹ ਸੀਸੀਟੀਵੀ ਕੈਮਰੇ ਤੋਂ ਪਤਾ ਨਹੀਂ ਹੁਣ ਕੌਣ ਸੀ ਉਹ ਬੰਦੇ ਕਿ ਜਿਹਨਾਂ ਨੂੰ ਪਤਾ ਹੈ ਕਿ ਉਹ ਏਰੀਆ ਕਵਰ ਨਹੀਂ ਹੁੰਦਾ ਤਾਂ ਕਰਕੇ ਆਪਾਂ ਸਾਹਮਣੇ ਆਸ ਪਾਸ ਤੋਂ ਪੁੱਛਿਆ ਹੈਗਾ ਅਤੇ ਉਹ ਉਹਦੀ ਚਲਦੀ ਪਈ ਹੈ ਪੁੱਛ ਪੜਤੀ ਚੱਲ ਰਹੀ ਹੈ ਚਾਰ ਨੰਬਰ ਵਾਲੇ ਕਰ ਰਹੇ ਹੈ ਅੱਗੇ ਵੀ ਕੋਈ ਧਮਕੀਆਂ ਮਿਲਦੀਆਂ ਸੀਗੀਆਂ ਨਹੀਂ ਅੱਗੇ ਕਦੀ ਇੱਦਾਂ ਕਦੀ ਨਹੀਂ ਹੋਇਆ ਕਦੀ ਤੁਹਾਨੂੰ ਫੋਲੋ ਕਰਨਾ ਹੋਵੇ ਗੱਲਬਾਤ ਕਰਨ ਲਈ ਜੀਪੀ ਭਾਜੀ ਨੇ ਗੱਲ ਕਿੰਨਾ ਕਰਨੀ ਹੈ ਪਤਾ ਨਹੀਂ ਕਿੰਨਾ ਕਰਨੀ ਹੈ ਸ਼ੇਖਰ ਨਾਲ ਗੱਲ ਕਰਨੀ ਉਹਨਾਂ ਨੇ ਇੱਦਾਂ ਕਿਹਾ ਸ਼ੇਖਰ ਕੌਣ ਸ਼ੇਖਰ ਕਰਮਾ ਫੈਸ਼ਨ ਦਾ ਓਨਰ ਅੱਛਾ ਤੁਸੀਂ ਕੀ ਮੈਂ ਬ੍ਰਦਰ ਹੀ ਉਹਦਾ ਹਾਂਜੀ ਫਰੈਂਡ ਜਿਹੜੀ ਲੈਟਰ ਲਿਖੀ ਗਈ ਹੈ ਸਭ ਤੋਂ ਪਹਿਲਾਂ ਕਿੰਨੇ ਦੇਖੀ ਇਹ ਸਾਡੇ ਸਿਕਿਉਰਿਟੀ ਗਾਰਡ ਨੇ ਦੇਖੀ ਸੀ ਕੋਈ ਸਮਾਂ ਦੱਸਿਆ ਉਹਨੇ ਕਿੰਨੇ ਵਜੇ ਦਾ 10:30 ਵਜੇ ਦੇਖੀ ਸੀ ਓਕੇ ਇਸ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹਾਂਜੀ ਦੇ ਦਿੱਤੀ ਹੋਈ ਜੀ ਕੀ ਕਿਹਾ ਗਿਆ ਇਹੀ ਜੋ ਹੋਇਆ ਸਾਰਾ ਕੁਝ ਜੋ ਮੈਂ ਤੁਹਾਨੂੰ ਦੱਸ ਰਿਹਾ ਇਹੀ ਚੀਜ਼ ਸਾਰੀ ਦੱਸ ਦਿੱਤੀ ਉਹਨਾਂ ਨੂੰ ਆਪਾਂ ਇਹ ਸਵੇਰੇ ਭਾਅ ਜੀ ਨਾ ਆਪਣੇ ਗੇਟ ਦੇ ਬਾਹਰ ਨਾ ਇੱਥੇ ਹੀ ਅਤੇ ਨਾ ਉੱਥੇ ਇੱਕ ਲੈਟਰ ਜੀ ਸਾਨੂੰ ਮਿਲੀ ਹੈ ਅਤੇ ਨਾਲ ਉਹਦੇ ਉੱਤੇ ਨਾਲ ਵਿੱਚ ਉਹਦੇ ਇੱਕ ਰੌਂਦ ਵੀ ਮਿਲਿਆ ਸਾਨੂੰ ਅਤੇ ਲੈਟਰ ਦੇ ਵਿੱਚ ਇਹ ਲਿਖਿਆ ਸੀਗਾ ਕਿ ਮਤਲਬ ਕਿ ਕੋਈ ਜੀ ਬੀ ਭਾਅ ਜੀ ਹੈ ਇੱਦਾਂ ਲਿਖਿਆ ਕਿ ਉਹਨੇ ਤੁਹਾਡੇ ਨਾਲ ਗੱਲ ਕਰਨੀ ਹੈ ਅਤੇ ਆਪਣਾ ਕੋਈ ਹੁਣ ਸਾਨੂੰ ਨਹੀਂ ਪਤਾ ਕਿ ਫੇਕ ਹੈ ਕਿ ਕੀ ਹੈ ਉਹਦੇ 'ਚ ਲਿਖਿਆ ਕਿ ਤੁਸੀਂ ਜਿੰਨੀ ਮਰਜ਼ੀ ਤੁਸੀਂ ਸਿਕਿਉਰਿਟੀ ਰੱਖ ਲਓ ਤੁਸੀਂ ਜੋ ਮਰਜ਼ੀ ਕਰ ਲਓ ਪਰ ਇਹ ਹੱਥ ਤੁਹਾਨੂੰ ਇਹ ਗਿਫਟ ਦਿੱਤੀ ਹੈ ਆਪਾਂ ਇਹ ਰੌਂਦ ਜਿਹੜਾ ਹੈ ਤੁਹਾਨੂੰ ਗਿਫਟ ਦਿੱਤਾ ਹੈਗਾ ਆਪਾਂ ਅਤੇ ਬਸ ਸਾਡੇ ਨਾਲ ਦੋਸਤੀ ਕਰ ਲਓ ਅਤੇ ਵਧੀਆ ਰਹੋਗੇ ਨਹੀਂ ਤਾਂ ਫਿਰ ਹੋਰ ਰਿਜ਼ਲਟ ਮਿਲ ਜਾਏਗਾ ਤੁਹਾਨੂੰ ਇੱਦਾਂ ਦੀ ਤੁਸੀਂ ਦੱਸਿਆ ਲੈਟਰ ਦੇ ਵਿੱਚ ਲਿਖਿਆ ਜੀ ਪੀ ਭਾਜੀ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਇਹ ਵੀ ਪਤਾ ਲੱਗਾ ਤੁਹਾਨੂੰ ਫੋਨ ਵੀ ਆਏ ਸੀਗੇ ਹਾਂਜੀ ਉਹ ਫੋਨ ਆਇਆ ਸੀਗਾ ਇੱਕ ਦੋ ਵਾਰੀ ਅਤੇ ਉਹ ਤਾਂ ਬਾਹਰਲੇ ਨੰਬਰਾਂ ਤੋਂ ਆਇਆ ਸੀਗਾ ਆਪਾਂ ਇਗਨੋਰ ਕਰਤਾ ਕਿ ਆਪਾਂ ਕਹੋ ਪਤਾ ਨਹੀਂ ਕੀ ਹੈਗਾ ਕੋਈ ਫੇਕ ਹੀ ਨਾ ਕਰਦਾ ਹੋਵੇ ਸਾਨੂੰ ਇੰਨਾ ਆਪਾਂ ਕੋਲ ਧਿਆਨ ਨਹੀਂ ਦਿੱਤਾ ਆਪਾਂ ਬਲੌਕ ਕਰਤਾ ਨੰਬਰ ਉਹਨੂੰ ਜਿੱਦਾਂ ਤੁਹਾਡੀ ਦੁਕਾਨ ਦੇ ਅੰਦਰ ਸ਼ੋਰੂਮ ਦੇ ਅੰਦਰ ਕੈਮਰੇ ਲੱਗੇ ਕੋਈ ਸੀਸੀਟੀਵੀ ਕੈਮਰੇ ਵੀ ਦਿਖਾਈ ਦਿੱਤਾ ਹੋਵੇ ਉਹ ਸੀਸੀਟੀਵੀ ਕੈਮਰੇ ਤੋਂ ਪਤਾ ਨਹੀਂ ਹੁਣ ਕੌਣ ਸੀ ਉਹ ਬੰਦੇ ਕਿ ਜਿਹਨਾਂ ਨੂੰ ਪਤਾ ਹੈ ਕਿ ਉਹ ਏਰੀਆ ਕਵਰ ਨਹੀਂ ਹੁੰਦਾ ਤਾਂ ਕਰਕੇ ਆਪਾਂ ਸਾਹਮਣੇ ਆਸ ਪਾਸ ਤੋਂ ਪੁੱਛਿਆ ਹੈਗਾ ਅਤੇ ਉਹ ਉਹਦੀ ਚਲਦੀ ਪਈ ਹੈ ਪੁੱਛ ਪੜਤੀ ਚੱਲ ਰਹੀ ਹੈ ਚਾਰ ਨੰਬਰ ਵਾਲੇ ਕਰ ਰਹੇ ਹੈ ਅੱਗੇ ਵੀ ਕੋਈ ਧਮਕੀਆਂ ਮਿਲਦੀਆਂ ਸੀਗੀਆਂ ਨਹੀਂ ਅੱਗੇ ਕਦੀ ਇੱਦਾਂ ਕਦੀ ਨਹੀਂ ਹੋਇਆ ਕਦੀ ਤੁਹਾਨੂੰ ਫੋਲੋ ਕਰਨਾ ਹੋਵੇ ਗੱਲਬਾਤ ਕਰਨ ਲਈ ਜੀਪੀ ਭਾਜੀ ਨੇ ਗੱਲ ਕਿੰਨਾ ਕਰਨੀ ਹੈ ਪਤਾ ਨਹੀਂ ਕਿੰਨਾ ਕਰਨੀ ਹੈ ਸ਼ੇਖਰ ਨਾਲ ਗੱਲ ਕਰਨੀ ਉਹਨਾਂ ਨੇ ਇੱਦਾਂ ਸ਼ੇਖਰ ਕੌਣ ਸ਼ੇਖਰ ਕਰਮਾ ਫੈਸ਼ਨ ਦਾ ਓਨਰ ਅੱਛਾ ਤੁਸੀਂ ਕੀ ਮੈਂ ਬ੍ਰਦਰ ਹੀ ਉਹਦਾ ਹਾਂਜੀ ਫਰੈਂਡ ਜਿਹੜੀ ਲੈਟਰ ਲਿਖੀ ਗਈ ਹੈ ਸਭ ਤੋਂ ਪਹਿਲਾਂ ਕਿੰਨੇ ਦੇਖੀ ਇਹ ਸਾਡੇ ਸਿਕਿਉਰਿਟੀ ਗਾਰਡ ਨੇ ਦੇਖੀ ਸੀ ਕੋਈ ਸਮਾਂ ਦੱਸਿਆ ਉਹਨੇ ਕਿੰਨੇ ਵਜੇ ਦਾ 10:30 ਵਜੇ ਦੇਖੀ ਸੀ ਓਕੇ ਇਸ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹਾਂਜੀ ਦੇ ਦਿੱਤੀ ਹੋਈ ਜੀ ਕੀ ਕਿਹਾ ਗਿਆ ਇਹੀ ਜੋ ਹੋਇਆ ਸਾਰਾ ਕੁਝ ਜੋ ਮੈਂ ਤੁਹਾਨੂੰ ਦੱਸ ਰਿਹਾ ਇਹੀ ਚੀਜ਼ ਸਾਰੀ ਦੱਸ ਦਿੱਤੀ ਉਹਨਾਂ ਨੂੰ ਆਪਾਂ